ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ ਉਹ ਸਾਡੇ ਲਫ਼ਜ਼ਾਂ ਨੂੰ ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਥੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ, ਆਓ ਬੈਠੋ ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ, ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ, 75 ਸਾਲ ਹੋ ਗਏ, 75 ਸਾਲ, ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫਿਰ ਵੀ ਚੁੱਪ ਹੈ, ਸਾਨੂੰ ਫਿਰ ਵੀ ਵੱਖਵਾਦੀ, ਫਿਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ, ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ, ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕ੍ਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ, ਸਿੱਖ ਫੋਬੀਆ ਪੰਜਾਬ ਫੋਬੀਆ ਜਿਹੜਾ ਹੈ ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕ੍ਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ਼ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜ਼ਬੂਰੀਆਂ, ਫੋਨ ਆਏ ਹੈ ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਖਾਸ ਤੌਰ 'ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ 'ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ, ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਅਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ, ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿ ਦਾਂ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ ਇਸ ਨੂੰ ਜਿਹੜਾ ਹੈ ਉਹ ਖਤਮ ਕਰੇ।